ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਗੱਲ ਕਰਾਂਗੇ ਫੇਰ ਕੈਨੇਡਾ ਦੀ ਪਈ ਕੈਨੇਡਾ ਦੇ ਵਿੱਚ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਵੀ ਟਿਕਟੌਕ ਬੈਨ ਹੋਣ ਜਾ ਰਹੀ ਆ ਹੁਣ ਦੂਜਾ ਵੱਡਾ ਧਮਾਕਾ ਕੈਨੇਡਾ ਨੇ ਇਹ ਕੀਤਾ ਹੈਗਾ ਪਈ ਮਲਟੀਪਲ ਵੀਜ਼ਾ ਜਿਹੜਾ ਦਿੰਦੇ ਹੁੰਦੇ ਸੀ 10 ਸਾਲ ਦਾ ਵੀਜ਼ਾ ਜਦੋਂ ਆਪਾਂ ਇੱਕ ਵਾਰੀ 6 ਮਹੀਨੇ ਦਾ ਵੀਜ਼ਾ ਲਾ ਕੇ ਆ ਗਏ ਤਾਂ ਉਸ ਤੋਂ ਬਾਅਦ ਐਕਸਟੈਂਡ ਕਰਾਉਂਦੇ ਰਹੋ ਕਰਾਦੇ ਰਹੋ ਤੁਸੀਂ ਰਹਿ ਸਕਦੇ ਆ 2 ਸਾਲ ਤੱਕ 3 ਸਾਲ ਤੱਕ 4 ਸਾਲ ਤੱਕ ਰਹਿ ਸਕਦੇ ਐ ਐਕਸਟੈਂਡ ਕਰਾ ਕਰਾ ਕੇ ਇਹਨਾਂ ਨੇ ਬੰਦ ਕਰਤਾ ਹੁਣ ਇਹਨਾਂ ਨੇ ਮਲਟੀਪਲ ਵੀਜ਼ਾ ਸ਼ੈਨੇਗਨ ਵੀਜ਼ਾ ਬਦਲਤਾ ਸ਼ੈਨੇਗਨ ਦਾ ਮਤਲਬ ਹੈਗਾ ਤੁਸੀਂ ਉੱਥੇ 70 ਤੋਂ 180 ਦਿਨ ਤੱਕ ਰਹਿ ਸਕਦੇ ਆ ਮਤਲਬ 3 ਮਹੀਨਿਆਂ ਤੋਂ 6 ਮਹੀਨਿਆਂ ਤੱਕ ਹੀ ਵੱਧ ਤੋਂ ਵੱਧ ਰਹਿ ਸਕਦੇ ਆ ਇਸ ਤੋਂ ਵੱਧ ਨਹੀਂ ਰਹਿ ਸਕਦੇ ਤੁਸੀਂ ਤੁਹਾਨੂੰ ਵਾਪਸ ਜਾਣਾ ਹੀ ਪਊਗਾ ਅਦਰਵਾਈਜ਼ ਉਹ ਤੁਹਾਨੂੰ ਫੋਰਸਫੁਲੀ ਇੱ ਪਰ ਤੀਜੀ ਵੱਡੀ ਅਪਡੇਟ ਇਹ ਹੈਗੀ ਆ ਪਈ ਸਟੂਡੈਂਟ ਐਸ ਡੀ ਐਸ ਪ੍ਰੋਗਰਾਮ ਬੰਦ ਕਰਤਾ ਹੈ ਮਤਲਬ ਕਿ ਹੁਣ ਜਿਹੜਾ ਸਟੱਡੀ ਵੀਜ਼ਾ ਆ ਉਹ ਬੰਦ ਹੋ ਗਿਆ ਕੈਨੇਡਾ ਦਾ ਹੁਣ ਇਹ ਚੀਜ਼ਾਂ ਹੋਰ ਵੀ ਅੱਗੇ-ਅੱਗੇ ਅਪਡੇਟ ਆਣਗੇ ਪਰ ਇਹ ਅਪਡੇਟ ਆ ਕਿਉਂ ਰਹੇ ਆ ਕਿਉਂ ਕੈਨੇਡਾ ਜਿਹੜਾ ਹੈਗਾ ਆ ਬਿਲੀਅਨਸ ਆਫ ਡਾਲਰ ਜਿਹੜਾ ਆ ਸਟੱਡੀ ਆ ਸਟੱਡੀ ਤੋਂ ਕਮਾਉਂਦਾ ਸੀਗਾ ਸਟੂਡੈਂਟਸ ਤੋਂ ਕਮਾਉਂਦਾ ਸੀਗਾ ਪਰ ਹੁਣ ਉਹ ਬੰਦ ਕਰਨ ਜਾ ਰਿਹਾ ਰੀਜ਼ਨ ਵਜਾ ਹੁਣ ਵਜਾ ਤੁਹਾਨੂੰ ਵੀ ਪਤਾ ਹੋਵੇਗਾ ਆ ਆਏ देन ਸਟੂਡੈਂਟ ਦੀਆਂ ਲੜਾਈਆਂ ਆਈ ਦਿਨ ਕੋਈ ਨਾ ਕੋਈ ਵਾਇਲੈਂਸ ਆਈ ਦਿਨ ਚੋਰੀਆਂ ਡਕੈਤੀਆਂ ਕੋਈ ਲਿਕਰ ਸਟੋਰ ਚੋਂ दारू ਚੱਕ ਰਿਆ ਆ ਜਿਹੜਾ ਵੀ ਵਿਜ਼ਟਰ ਆਇਆ ਆ ਜਿਹੜਾ ਵੀ ਰੈਕਡ ਬੈਡ ਹੋ ਗਿਆ ਇੱਕ ਵਾਰੀ ਉਹ ਸਾਰਿਆਂ ਤੋਂ ਸਾਰੇ ਨੁਕਸਾਨ ਕਰ ਰਿਹਾ ਆ ਜਿਹੜੀਆਂ ਆਪਣੇ ਵੱਡ-ਵੱਡੀਆਂ ਕਾਰਾਂ ਲੈ ਕੇ ਮਫਲਰ ਡਿਲੀਟ ਕਰਾ ਕੇ ਵੱਡਾ-ਵੱਡੇ ਆਪਣੇ ਸਲੈਂਸਰ ਫਿੱਟ ਕਰਾ ਕੇ ਤੇ ਰਿਸਾ ਦਿੰਦੇ ਆ ਤੇ ਜਦੋਂ ਗੋਰਿਆਂ ਦੇ ਕੋਲ ਦੀ ਜਾਂਦੇ ਆ ਤੇ ਉਹ ਕੈਜ਼ਾ ਦਾ ਹੈਗਾ ਹੀ ਆ ਹੁਣ ਜੇ ਐਗਜ਼ਾਮਪਲ ਦਿੰਨੇ ਆ ਐਗਜ਼ਾਮਪਲ ਆ ਵੀ ਸਾਡੇ ਥੋੜੇ ਪਿੰਡ ਦੇ ਵਿੱਚ ਕੋਈ ਭਈਆ ਆ ਗਿਆ ਬੁਲਟ ਜਾ ਕੇ ਪਟਾਕੇ ਮਾਰੇ ਫੇ ਤੁਹਾਨੂੰ ਕਿੱਦਾਂ ਦਾ ਲੱਗੂਗਾ ਤੁਸੀਂ ਛੱਤਰ ਫੇਰੋਗੇ ਨਾ ਆਹੀ ਗੱਲ ਕੈਨੇਡਾ ਦੇ ਹੁਣ ਜੇ ਹੁਣ ਜਿਹੜੇ ਗੋਰੇ ਘੱਟ ਬੋਲਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਗੋਰੇ ਬੋਲਣਾ ਨਹੀਂ ਜਾਣਦੇ ਹੁਣ ਉਹ ਫੇ ਬੋਲਦਿਆ ਵੋਟ ਦੇ ਨਾਲ ਅਗਲੇ ਆਨੇ ਨੱਕ 'ਚ ਦਮ ਕਰਤਾ ਗਵਰਨਮੈਂਟ ਦੀ ਪਈ ਕਣ ਹੁਣ ਤੂੰ ਆਪਾ ਤੈਨੂੰ ਬਣਾਉਣਾ ਨਹੀਂ ਤੇ ਗਵਰਨਮੈਂਟ ਇੱਥੇ ਇਹ ਨਹੀਂ ਹੈਗਾ ਵੀ ਪੈਸੇ ਲੈ ਕੇ ਤੇ ਆਪਣੇ ਵੋਟ ਪਾ ਦੀ ਤੇ ਇਥੋਂ ਆ ਹੋ ਗਿਆ ਐਦਾਂ ਨਹੀਂ ਇੱਥੇ ਚੱਕਰ ਹੈਗਾ ਇੱਥੇ ਵੋਟ ਜਿਹੜੀ ਹੈਗੀ ਸਮਝਦਾਰ ਬੰਦਾ ਆਪਣੇ ਹਿਸਾਬ ਨਾਲ ਪਾਉਂਦਾ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਹੈਗਾ ਇੱਥੇ ਨਹੀਂ ਹੈਗਾ ਭਈ ਪੰਜੀ ਸਰਪੰਚੀ ਦੀਆਂ ਜਾਂ ਐਮਲੀ ਦਾ ਰਾਤ ਨੂੰ ਰਾਤ ਵੋਟਾਂ ਵਿਗ ਗਈਆਂ ਇਹ ਕੰਮ ਇੱਥੇ ਨਹੀਂ ਹੁੰਦਾ ਪਰ ਜਿਹੜਾ ਤੁਸੀਂ ਇੰਡੀਆ ਦਾ ਕਲਚਰ ਆ ਜਾਂ ਪਾਕਿਸਤਾਨ ਦਾ ਕਲਚਰ ਆ ਤੁਸੀਂ ਇੱਥੇ ਚਲਾਉਣ ਦੀ ਕੋਸ਼ਿਸ਼ ਕਰਦੇ ਆ ਉਹ ਇਹ ਚੀਜ਼ ਨਹੀਂ ਹੈ ਇਹਨਾਂ ਦਾ ਗੋਰਿਆਂ ਦਾ ਇੱਕ ਸਪੈਸੀਫਿਕ ਇੱਕ ਇੰਟਰਸਟ ਆ ਇੱਕ ਸਪੈਸੀਫਿਕ ਕੰਮ ਕਰਨ ਦਾ ਇੱਕ ਪ੍ਰਕਿਰਿਆ ਹੈਗੀ ਆ ਜਦੋਂ ਤੁਸੀਂ ਉਹਦੇ ਵਿੱਚ ਵਿਗਨ ਪਾਉਂਗੇ ਤੇ ਗੋਰੇ ਨੂੰ ਪ੍ਰੋਬਲਮ ਤਾਂ ਹੋਊਗੀ ਉਹ ਇਦਾਂ ਨਹੀਂ ਹੈਗੇ ਉਹਨਾਂ ਨੇ ਆਪਣੇ ਦਾੜ ਕਿਰਪਾਨਾਂ ਲੈ ਕੇ ਤੋਰਪਣਾ ਛੇਤਰ ਮਾਰਦਾਂਗੇ ਆ ਕਰਦਾਂਗੇ ਉਹਨਾਂ ਨੇ ਗਵਰਨਮੈਂਟ ਦੀ ਘਿੰਡੀ ਘਟਲੀਆਂ ਭਈ ਆ ਜਾ ਵੀ ਵੋਟਾਂ ਆ ਗਈਆਂ ਹੁਣ ਦੱਸ ਕੀ ਕਰਨਾ ਵੋਟਾਂ ਦਾ ਸਿਟੀਜ਼ਨਾਂ ਨੇ ਪਾਣੀਆਂ ਨਾ ਪੀਰਾਂ ਨੇ ਪਾਣੀਆਂ ਦਾ ਵਿਸਟਰ ਵੀਜ਼ੇ ਨੇ ਨਾ ਸਟੱਡੀ ਵੀਜ਼ੇ ਵਾਲੇ ਨੇ ਨਾ ਰੈਫਿਊਜੀ ਨੇ ਪਾਣੀਆਂ ਤੇ ਨਾ ਹੀ ਪਾਣੀਆਂ ਆ ਵਰਕ ਪਰਮਿਟ ਵਾਲੇ ਦੇ ਵੋਟਾਂ ਪਾਉਣੀਆਂ ਹੈਗੀਆਂ ਸਿਟੀਜ਼ਨਸ ਨੇ ਔਰ ਜੇ ਸਿਟੀਜ਼ਨ ਤੋਂ ਵੋਟਾਂ ਕਢਾਉਣੀਆਂ ਹੈਗੀਆਂ ਇਹ ਕੰਮ ਤਾਂ ਕਰਨਾ ਹੀ ਪੈਣਾ। ਹੁਣ ਅੱਗੇ ਬਹੁਤ ਵੱਡੇ-ਵੱਡੇ ਅਪਡੇਟ ਆਣੇ ਆ। ਅੱਗੇ ਜੁੜੇ ਰਹੋ ਸਾਡੇ ਨਾਲ ਤੇ ਐਦਾਂ ਦੀਆਂ ਇੰਪੋਰਟੈਂਟ ਇਨਫੋਰਮੇਸ਼ਨ ਵਾਲੀਆਂ ਵੀਡੀਓ ਅਪਲੋਡ ਕਰਦੇ ਰਹਿਣੇ ਆ। ਤੇ ਪਲੀਜ਼ ਮੈਂ ਤਾਂ ਬਹੁਤ ਲੱਗਦੀ ਆ ਵੀਰੋ ਹੱਥ ਜੋੜ ਕੇ ਬੇਨਤੀ ਆ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਦਬਾ ਲਿਓ ਤੇ ਇੰਸਟਾਗ੍ਰam, ਫੇਸਬੁੱਕ ਸਾਰੇ ਪਾਸੇ ਸਾਡਾ ਚੈਨਲ ਹੈਗਾ ਆ ਤੇ ਇਹਨਾਂ ਨੂੰ ਡਾਊਨਲੋਡ ਤੇ ਸਬਸਕ੍ਰਾਈਬ ਕਰ ਲਓ। ਸასი ਗੱਲ ਸਾਰਿਆਂ